ਲੈ ਨੂਰ ਲਈ ਪਾਸ਼ਾ ਪਰਜਦੇ ਉਹਨੂੰ एक सौ साठ जी अस्सलाम वालेकुम भाई जान अस्सलाम वालेकुम सर वालेकुम सलाम जी हाँ जी भाजी की हाल चाल है जी अल्लाह का करम सर गल करनी पांच मिनट थोड़े कर लेने हुकम बह के करनी जी जरा अनूरला जी जरा ख्याल रखी मैं जरा गल सुन ला भाई उन्हां दी आओ बैठो सब तो अच्छा जरा दुध ही मिलता है मदीना आले है अल्लाह की रहमत है जी हाँ को मिलता है ਮਾਸ਼ਾਅੱਲਾ ਮੱਝਾਂ ਮੁੱਝਾਂ ਆਪਣੀਆਂ ਨੇ ਜੀ ਸਰ ਹਾਂਜੀ ਜੀ ਮਾਲ ਡੰਗਰ ਆਪਣਾ ਵੀ ਆ ਆਪਣੇ ਚਾਚੇ ਤਾਇਆਂ ਦਾ ਵੀ ਆ ਦੁੱਧ ਆਪਣਾ ਸਾਰਾ ਘਰ ਦਾ ਹੀ ਹੁੰਦਾ ਅੱਛਾ ਬਾਹਰੋਂ ਲਈਦਾ ਚੁਆਵਾਂ ਦੁੱਧ ਸਹੀ ਹੈ ਖਾਲਸ ਮਹਿਮਾਨ ਆ ਰਹੇ ਸਿੰਧ ਤੋਂ ਅੱਲਾ ਖੈਰ ਤੇ ਉਹ ਇਹ ਹੈ ਕਿ ਜਿਲੇ ਦਹੀਂ ਖਾਣ ਦੁੱਧ ਪੀਣ ਮਾਸ਼ਾਅੱਲਾ ਤੇ ਫਿਰ ਜਾ ਕੇ ਦੱਸਣ ਕਿ ਬਈ ਪੰਜਾਬ ਚੋਂ ਅਸੀਂ ਦੁੱਧ ਪੀ ਕੇ ਆਏ ਹਾਂ ਅੱਲਾ ਦੀ ਰਹਿਮਤ ਨਾਲ ਭਾਜੀ ਸਿੰਧੋਂ ਆ ਰਹੇ ਸਿੰਧੋਂ अल्लाह की रहमत ना दही खान गए चकनाई जी मूंह सिंध तक रहेगी वाह 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 अल्लाह की रहमत ना डेढ़ डेढ़ इंची मलाई होंगी है सवेर दही वाह 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 ते ए है कि दुध ऐसा हो मतलब उंगल पाउन ते उंगल ना चिमड़ जाए अल्लाह की रहमत दे नाल जी हाँ जी खालस दुध आओ जिन्ने दिन भी इत्थे रहना उन्होंने मेहमान ने हाँ जी वो अल्लाह खैर करे ਇਹ ਆ ਕੇ ਰਜਾ ਕੇ ਭੇਜਣੇ ਆਪਾਂ ਅੱਲਾ ਦੀ ਰਹਿਮਤ ਨਾਲ ਜੀ ਪੈਸੇ ਤੇ ਲੈ ਲਓ ਕੋਈ ਮਸਲਾ ਨਹੀਂ ਜਿਹੜਾ ਨਗਦੋ ਨਗਦੀ ਸੌਦਾ ਸਾਰਾ ਤੇ ਪਰੌਣੇ ਰਜਾ ਦੇਣੇ ਲੇਕਿਨ ਤੁਸੀਂ ਦੁੱਧ ਨਾ ਦਹੀਂ ਨਾ ਜਦੋਂ ਦਿਲ ਉਹਨਾਂ ਦਾ ਕਰੇ ਕਿਤੇ ਖੀਰ ਦੇ ਦਿੱਤੀ ਕਿਤੇ ਰਬੜੀ ਦੁੱਧ ਦੇ ਦਿੱਤਾ ਠੀਕ ਹੋ ਗਿਆ ਹਾਂਜੀ ਹਾਂਜੀ ਅੱਲਾ ਖੈਰ ਕਰੇ ਹਾਂਜੀ ਤੁਸੀਂ ਕੁਝ ਖਾਣਾ ਪੀਣਾ ਮੈਂ ਸ਼ੁਕਰੀਆ ਜੀ ਸ਼ੁਕਰੀਆ ਦੱਸੋ ਉਹ ਹੁਕਮ ਕਰੋ ਮਿਹਰਬਾਨੀ ਜੀ ਮਿਹਰਬਾਨੀ ਦੱਸੋ ਕੁਝ ਖਾਣਾ ਦੇ ਨਹੀਂ ਬਸ ਕੀ ਖਾਣਾ ਹੁੰਦਾ ਜੀ ਕਿਸੇ ਸ਼ਾਇਦ ਹੀ ਤਲਬ ਹੋਵੇ ਹਾਂ ਨਹੀਂ ਤਲਬ ਤਾਂ ਕੋਈ ਨਹੀਂ ਵੈਸੇ ਹਾਂਜੀ ਐਸੀ ਬਾਕੀ ਦੁੱਧ ਪੀਈਏ ਤੁਹਾਨੂੰ ਰਬੜੀ ਆ ਮੁੰਡਿਆ ਦੁੱਧ ਹੈ ਗਲਾਸ ਦੇ ਰਬੜੀ ਦਾ ਭੋ ਰੱਖ ਦਈਓ ਬਸ ਜੀ ਭੋ ਰੱਖ ਦਈਓ ਕੀ ਗੱਲ ਆ ਕਰੋਲੀ ਕਰਨੀ ਤੂੰ ਭਾਈ ਨਹੀਂ ਨਹੀਂ ਵੈਸੇ ਜੀ ਵੈਸੇ ਦੇ ਦੇ ਵੀ ਬਾਬਾ ਉਹਦਾ ਚੈੱਕ ਕਰਾਉਣਾ ਉਹਨਾਂ ਨੂੰ ਮਹਿਮਾਨ ਅਜੇ ਆਉਣੇ ਆ ਹਾਂਜੀ ਤੇ ਉਹ ਬਸ ਰੰਗ ਹੀ ਕਿੱਡਾ ਸੋਹਣਾ ਆ ਰਬੜੀ ਦਾ ਰਹਿਮਤ ਨਾਲ ਭਾਜੀ ਤੁਸੀਂ ਤੁਸੀਂ ਵੀ ਪੀਨੇ ਹੋ ਇਹ ਹਲਕ ਜੋ ਅਸੀਂ ਤਾਂ ਭਾਜੀ ਸਾਰੀ ਦਿਹਾੜੀ ਪੀਦਾ ਹਾਂਜੀ ਸਾਨੂੰ ਤੇ ਇੰਜ ਲੱਗ ਗਿਆ ਜਿਵੇਂ ਨਸ਼ਾ ਲੱਗ ਜਾਂਦਾ ਨਹੀਂ ਬਈ ਹੈ ਵੀ ਮਜ਼ੇਦਾਰ ਅੱਲਾ ਦੀ ਰਹਿਮਤ ਨਾਲ ਜੀ ਹਰ ਸ਼ੇ ਖਾਲਸ ਆ ਭਾਜੀ ਹਾਂਜੀ ਹਾਂਜੀ ਦੁੱਧ ਘਰ ਦਾ ਖੋਇਆ ਘਰ ਦਾ ਇਹ ਕਿੰਨੇ ਦਾ ਗਲਾਸ ਹੈ ਜੀ 120 ਦਾ ਨਹੀਂ ਜੀ ਦੁੱਧ ਦਾ ਜਿਹੜਾ ਤੁਹਾਡਾ ਕੀ ਹੈ ਤੂੰ ਕਹਿੰਦੇ ਜੀ ਇਹ ਰਬੜੀ ਦੁੱਧ ਹੈ ਜੀ ਰਬੜੀ ਦੁੱਧ ਅੱਲਾ ਦੀ ਰਹਿਮਤ ਨਾਲ ਤੇ ਇਹ ਆ ਕਿ ਹੈ ਭਲਵਾਨ ਬਣਵਾਉਣ ਵਾਲਾ ਮੈਂ ਕਹਿੰਦਾ ਭਾਜੀ ਅਸੀਂ ਖਾ ਗਏ ਮੁੰਡੇ ਨਿੱਕੇ ਜਿਹੜੇ ਕੰਮ ਕਰਦੇ ਨੇ ਹਾਂਜੀ ਹਾਂਜੀ ਇਹ ਦੁੱਧ ਪੀ ਪੀ ਕੇ ਕਿਸੇ ਟਾਈਮ ਗੁੱਥਮ ਗੁੱਥੀ ਵੀ ਹੋ ਜਾਂਦੇ ਨਹੀਂ ਭਜਦਾ ਮਤਲਬ ਜਾਨ ਆ ਜਾਂਦੀ ਹੈ ਬਸ ਪਰੌਣੇ ਰਾਜ਼ੀ ਹੋਣੇ ਚਾਹੀਦੇ ਸਾਡੇ ਮੈਂ ਕਹਿੰਦਾ ਜੀ ਅੰਜ ਦੇ ਰਾਜ਼ੀ ਹੋਣਗੇ ਹਾਂਜੀ ਸਿੰਧ ਜੀ ਤੁਹਾਡਾ ਨਾਂ ਹੋ ਜਾਏਗਾ ਪਤਾ ਲੱਗੇ ਕਿ ਪੰਜਾਬ ਚ ਕਿਸੇ ਕੋ ਗਏ ਸੀ ਤੇ ਅਗਲਿਆਂ ਨੇ ਸੇਵਾ ਕਰਕੇ ਭੇਜਿਆ ਅੱਲਾ ਦੀ ਰਹਿਮਤ ਨਾਲ ਆਪਾਂ ਪਰੌਣੇ ਸਾਰੇ ਹੀ ਰਜਾ ਕੇ ਭੇਜਣੇ ਨੇ ਮੈਂ ਕਹਿੰਦਾ ਜੀ ਚੰਗਾ ਨਾਂ ਅੱਲਾ ਪਾਕ ਦਾ ਬਸ ਲੇਕਿਨ ਉਹ ਕਹਿਣਗੇ ਕਿ ਮਦੀਨਾ ਦੁੱਧ ਦਹੀਂ ਵਾਲਿਆਂ ਦੇ ਜਾਂਦੇ ਰਹੇ ਆ ਇੰਨੀ ਢੇਰ ਰਹੇ ਆ ਤੇ ਸਾਡੇ ਮੂੰਹ ਚੋਂ ਚਕਨਾਈ ਨਹੀਂ ਗਈ ਆਹ ਖਾਲਸ ਪੈਸਿਆਂ ਦੀ ਫਿਕਰ ਨਹੀਂ ਕਰਨੀ ਅੱਲਾ ਖੈਰ ਕਰੇ ਜਿੰਨਾ ਖਰਚਾ ਹੋਏਗਾ ਪਰੌਣਿਆਂ ਦਾ ਅੱਲਾ ਪਾਕ ਖੈਰ ਕਰੇ ਕੋਈ ਰੌਲਾ ਨਹੀਂ ਹਾਂਜੀ ਤੇ ਕਿਦਣ ਆ ਰਹੇ ਮਹਿਮਾਨ ਆਪਣੇ ਮਹਿਮਾਨ ਆ ਰਹੇ 24 ਤਰੀਕ ਨੂੰ 24 ਤਰੀਕ ਨੂੰ ਅੱਲਾ ਖੈਰ ਹਾਂਜੀ ਟ੍ਰੇਨ ਤੇ ਆ ਰਹੇ ਸਾਰੇ ਅੱਲਾ ਖੈਰ ਟੈਨਸ਼ਨ ਨਹੀਂ ਲੈਣੀ ਤੁਸੀਂ ਅੱਲਾ ਖੈਰ ਜੋ ਉਹਨਾਂ ਨੂੰ ਚਾਹੀਦਾ ਦੁੱਧ ਦਹੀਂ ਹਰ ਸ਼ੈ ਮਿਲੂਗੀ ਖੋਇਆ ਇੱਥੇ ਦੇਸੀ ਘਿਓ ਤੱਕ ਮਿਲੂਗਾ ਹਾਂਜੀ ਪੈਸੇ ਤੁਸੀਂ ਸਾਰੇ ਪਰੌਣਿਆਂ ਦੇ ਹਾਂਜੀ ਚੈੱਕ ਲੈਣਾ ਹੋਵੇ ਚੈੱਕ ਲੈ ਲੈਣਾ ਠੀਕ ਨਗਦ ਲੈਣੇ ਨਗਦ ਲੈ ਲੈਣਾ ਲੇਕਿਨ ਇਹ ਆ ਕਿ
ਰਜਣੇ ਚਾਹੀਦੇ ਪ੍ਰਾਹੁਣੇ। ਮੈਂ ਕਹਿੰਦਾ ਭਾਜੀ ਟੈਨਸ਼ਨ ਹੀ ਕੋਈ ਨਹੀਂ, ਰਹਿਸ਼ ਆਪਣੀ ਕਿੱਥੇ ਹੈ? ਰਹਿਸ਼ਾ ਨਾਲ ਹੀ ਕਹਿ ਕੇ ਸ਼ਾਂਚ। ਆ ਤੇ ਭਾਜੀ ਰੌਲਾ ਹੀ ਕੋਈ ਨਹੀਂ, ਘਰ ਵਾਲੀ ਗੱਲ ਆ, ਤੁਹਾਡੇ ਤੇ ਕਾਹਦੀ ਬੇਤਵਾਰੀ ਆਪਾਂ ਨੂੰ, ਜਿੱਦਾਂ ਤੁਹਾਡਾ ਦਿਲ ਕਰੇ। ਹਾਂਜੀ, ਕੈਸ਼ ਦੇਣ ਨੂੰ ਕੈਸ਼ ਦੇ ਦਿਓ, ਜਿੰਨੇ ਦਿਨ ਉਹਨਾਂ ਨੇ ਰਹਿਣਾ ਉਨੇ ਦਿਨ ਉਹਨਾਂ ਨੂੰ ਖਵਾਓ ਪਿਓ, ਨਹੀਂ ਭਾਜੀ ਜਾਣਗੇ ਸਾਫ ਕਰ ਲਾਂਗੇ। ਭਾਜੀ ਪੈਸੇ ਜਿੱਦਾਂ ਤੁਸੀਂ ਕਹਿਣਾ ਪੈਸੇ ਅਸੀਂ ਉਦਾਂ ਦੇਣੇ। ਚਲੋ ਫਿਰ ਡੇਲੀ ਦੇਈ ਆ। ਡੇਲੀ 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 ਜਿੰਨਾ ਵੀ ਰੁਪਈਆ ਬਣਿਆ ਨਾ ਜੀ ਅੱਲਾਹ ਖੈਰ ਪਰੌਣਿਆਂ ਦਾ, ਉਹ ਤੁਹਾਨੂੰ ਦੇਵਾਂਗੇ। ਠੀਕ ਹੋ ਗਿਆ। ਕਦੋਂ ਆ ਰਹੇ ਜੀ ਮਾਸ਼ਾਅੱਲਾ ਪਰੌਣੇ? 24 ਨੂੰ ਜੀ। 24 ਤਰੀਕ ਨੂੰ ਕਿੰਨੇ ਆ ਰਹੇ ਪਰੌਣੇ ਜੀ? 2 ਜੀ। ਪੈਸੇ ਚੈੱਕ ਤੁਹਾਨੂੰ ਚਾਹੀਦਾ, ਚੈੱਕ ਮਿਲ ਜਾਏਗਾ। ਨਗਦ ਲੈਣੇ, ਦੌਲਤ ਜਿੰਨੀ ਵੀ ਬਣੀ ਤੁਹਾਡੀ, ਜਿੰਨਾ ਵੀ ਦੁੱਧ ਦਹੀਂ ਤੁਹਾਡਾ ਲੱਗ ਗਿਆ, ਪੈਸੇ ਸਾਰੇ ਅਲਾਈ ਮੋਰ ਤੁਹਾਡੇ ਦੇ ਨੇ। ਇਹਨੀ 200 ਜੀ ਆ ਰਿਹਾ? ਨਹੀਂ ਨਹੀਂ, 2 ਪਰੌਣੇ ਮੀਆਂ ਬੀਬੀ ਨੇ, ਹੈ ਵੀ ਬਜ਼ੁਰਗ ਨੇ। ਸਿਰਫ 2 ਪਰੌਣੇ? ਹਾਂਜੀ, ਇਹ ਆ ਕਿ ਪਾਈਆ ਦਹੀਂ ਸਵੇਰੇ, ਪਾਈਆ ਦੁੱਧ ਸ਼ਾਮ ਨੂੰ ਤੁਸੀਂ ਪਹੁੰਚਾ ਦਿਆ ਕਰਨਾ। ਪੈਸਿਆਂ ਦੀ ਫਿਕਰ ਨਹੀਂ ਕਰਨੀ, ਜਿੰਨਾ ਵੀ ਤੁਹਾਡਾ ਪੈਸਾ ਬਣਿਆ ਉਹਦਾ ਚੈੱਕ ਲੈਣਾ ਸਾਡੇ ਕੋਲ, ਚੈੱਕ ਲੈ ਲਿਆ ਕਰਨਾ। ਕੈਸ਼ ਲੈਣਾ ਕੈਸ਼ ਲੈ ਲਿਆ ਕਰਨਾ। ਪਾਈਆ ਦਹੀਂ ਸਵੇਰੇ ਭੇਜ ਦਿਆ ਕਰਨਾ, ਪਾਈਆ ਦੁੱਧ ਸ਼ਾਮ ਨੂੰ ਭੇਜ ਦਿਆ ਕਰਨਾ। ਕਿਸੇ ਟਾਈਮ ਉਹਨਾਂ ਦਾ ਦਿਲ ਕਰਿਆ ਰਬੜੀ ਦੁੱਧ ਤੁਹਾਡਾ ਬਹੁਤ ਅੱਛਾ ਹੈ, ਇੱਕੋ ਹੀ ਗਲਾਸ ਤੁਸੀਂ ਭੇਜਿਆ ਕਰਨਾ, ਉਹ 'ਚੋਂ ਅੱਧਾ ਅੱਧਾ ਕਰ ਲੈਣਗੇ, ਬਜ਼ੁਰਗ ਨੇ ਨਾ। ਹੌਲੀ ਹੌਲੀ ਪੀੜਾ ਸੰਘ ਨੂੰ ਨਾ ਲੱਗ ਜੇ। ਨਹੀਂ ਇਹ ਉਦੋਂ ਦੀ ਗੱਲ ਜਿਹੜੀ ਸੁਣਾ ਰਹੇ ਹਾਂ ਕਿ 24 ਤਰੀਕ ਨੂੰ ਮਹਿਮਾਨ ਆ ਰਹੇ ਆ, ਦੁੱਧ ਤੁਹਾਡਾ ਚੰਗਾ ਹੁੰਦਾ, ਦਹੀਂ ਤੁਹਾਡਾ ਚੰਗਾ ਹੁੰਦਾ, ਦੁੱਧ ਚੁੰਗਲ ਮਾਰੀਏ ਦੁੱਧ ਉਂਗਲ ਦੇ ਨਾਲ ਲੱਗਾ ਰਹਿੰਦਾ, ਇਹ ਸਾਰੀਆਂ ਗੱਲਾਂ ਤੂੰ ਆ 2 ਪਰੌਣਿਆਂ ਲਈ ਪੁੱਛਣ ਡਿਆ? ਹਾਂਜੀ ਹਾਂਜੀ। ਯਾਰ ਤੈਨੂੰ ਕੋਈ ਸ਼ਰਮ ਹਜ਼ਾ ਹੈ ਨਹੀਂ? ਕੀ ਹੋਇਆ? ਉਹ ਤੂੰ ਗੱਲਾਂ ਇੰਜ ਕਰਨ ਡਿਆ ਜੀ, ਉੱਥੋਂ ਆਪਣੇ ਸਿੰਧੋ ਮਹਿਮਾਨ ਆਉਣ ਡਿਆ ਟ੍ਰੇਨ ਭਰ ਕੇ, ਇਹ ਕੀ ਗੱਲ ਆ 2 ਬੰਦੇ ਭਰ ਕੇ ਆਉਣ ਡਿਆ? ਹੈਂ? ਨਹੀਂ ਮੈਂ ਕਿਹਾ ਪਰੌਣੇ ਆਉਣ ਡਏ ਨੇ। ਉਹ ਯਾਰ ਪਰੌਣੇ ਤੇ ਤੂੰ ਇੰਜ ਕਹਿਣ ਡਿਆ ਕਿ ਜਿਵੇਂ ਜੱਥੇ ਦਾ ਜਥਾ ਆਉਣ ਡਿਆ। ਮੈਂ ਤੇ ਮੁੰਡਿਆਂ ਨੂੰ ਕਹਿਣ ਲੱਗਾ ਸੀ ਕਿ ਕਾਕਾ 24 ਤਰੀਕ ਤੋਂ ਦੁੱਧ ਤੇ ਦਹੀਂ ਵਧਾ ਦਿਓ। ਨਹੀਂ ਨਹੀਂ, ਉਹ ਸਿੰਧ 'ਚ ਪਾਣੀ ਆਇਆ ਨਾ ਬਾਰਿਸ਼ਾਂ ਦੀ ਵਜ੍ਹਾ ਤੋਂ, ਹਾਂ, ਤੇ ਉਹ ਸਾਡੇ ਵੱਲ ਰਹਿਣ ਆਉਣ ਡਿਆ ਆ। ਤੇ ਯਾਰ ਇਹਨਾਂ ਨੂੰ ਰੁੜ ਲੈਣ ਦੇ, ਕੀ ਕਰਨਾ ਤੂੰ ਇਹਨਾਂ ਦਾ? ਉਮਰ ਕਿੰਨੀ ਕਿੰਨੀ ਹੋ ਗਈ ਇਹਨਾਂ ਦੀ? ਹੁਣੀ ਕੋ 80 ਸੀ, 85 85 ਸਾਲ। ਤੇ ਕੀ ਗੱਲ ਆ, ਸਿੰਧ 'ਚ ਦੁੱਧ ਦਾ ਨਾਮੋ ਨਿਸ਼ਾਨ ਮਿਟ ਗਿਆ? ਪੈਸਿਆਂ ਦੀ ਪਰੇਸ਼ਾਨੀ ਨਹੀਂ ਲੈਣੀ ਤੁਸੀਂ? ਤੁਸੀਂ ਵੀ ਇਸ ਮਾਈ ਬਾਬੇ ਦੀ ਪਰੇਸ਼ਾਨੀ ਨਹੀਂ ਲੈਣੀ? ਉਹ ਕਿਉਂ? ਇਹ ਵੀ ਜਾਣ ਵਾਲੀ ਹੈ, 85-85 ਸਾਲ ਉਮਰ ਹੋ ਗਈ ਆ, ਉਹਨਾਂ ਦਾ ਤੂੰ ਦੁੱਧ ਦਹੀਂ ਲਵਾਉਣ ਡਿਆ ਹੈ? ਤੇ ਦੁੱਧ ਦਹੀਂ ਤੂੰ ਕਿੰਨਾ ਲਵਾਉਣ ਡਿਆ ਜੀ? ਮੇਰੇ ਕੋਲ ਚੈੱਕ ਲੈ ਲਓ, ਮੇਰੇ ਕੋਲ ਕੈਸ਼ ਲੈ ਲਓ, ਉਹ ਤੇਰੇ ਵੱਲ ਬਣਨੇ ਕਿਹੜੇ ਆ? ਹੈਂ? 50 ਰੁਪਈਏ ਦਹੀਂ ਦੇ ਬਣਿਆ ਕਰਨੇ ਆ? ਹੈਂ? 40 ਰੁਪਈਏ ਤੇਰੇ ਵੱਲ 45 ਦੁੱਧ ਦੇ ਬਣਿਆ ਕਰਨੇ ਆ? ਅਸੀਂ ਚੈੱਕ ਲੈ ਲਓ, ਚੈੱਕ ਲੈ ਲਓ ਤੁਸੀਂ। ਉਹ ਤੈਨੂੰ ਮੈਂ ਸਾਰਿਆਂ ਨੂੰ ਚੈੱਕ ਕਰ ਲਿਆ, ਤੂੰ ਨਿਕੰਮਾ ਆਦਮੀ ਆ ਔਰ ਫਜ਼ੂਲ ਆਦਮੀ ਆ ਤੂੰ। ਗੱਲਾਂ ਤੂੰ ਇੰਜ ਆਣ ਕੇ ਸੁਣਾਉਣ ਡਿਆ ਜੀ, ਸਿੰਧੋ ਆਪਣੇ ਮਹਿਮਾਨ ਆਉਣ ਡਿਆ। ਅਕਾਊਂਟ ਨਹੀਂ ਖਲਾਇਆ ਕਿਹਦਾ? ਆਪਣਾ ਤੁਸੀਂ। ਮੈਂ ਇੰਨੀ ਰਕਮ ਸਾਂਭੜੀ ਕਿੱਥੇ? ਮੈਂ ਡਾਕੂ ਪਵਾ ਲਵਾਂ ਆਪਣੇ ਆਪ ਨੂੰ? ਹੈ? 95 ਰੁਪਈਏ ਤੇਰੇ ਡੇਲੀ ਦੇ ਬਣਨੇ ਆ ਤੇਰੇ ਵੱਲ ਮੇਰੇ? ਮੈਂ ਕਿੱਥੇ ਇੰਨੀ ਦੌਲਤ ਸਾਂਭਾਂਗਾ? ਆ ਫੈਸਲਾਬਾਦ ਦੇ ਬੈਂਕਾਂ ਨੇ ਤਾਂ ਜਵਾਬ ਦੇ ਦੇਣਾ ਮੈਨੂੰ। ਤੈਨੂੰ ਸ਼ਰਮ ਜਿਹਾ ਆਈ ਕੋਈ ਨਹੀਂ ਯਾਰ? ਦੁੱਧ ਕੜਿਆ ਭੇਜੋਗੇ ਕੱਚਾ? ਹੈ? ਦੁੱਧ ਦੁੱਧ ਕੜਿਆ ਭੇਜਾਂ ਜਾਂ ਕੱਚਾ? ਤੂੰ ਉਹਨਾਂ ਨੂੰ ਮੇਰੇ ਕੋਲ ਛੱਡ ਜੀ, ਮੈਂ ਉਹਨਾਂ ਨੂੰ ਵੇਖਾਂਗਾ ਉਹਨਾਂ ਨੂੰ ਪਚਦਾ ਕਿਹੜਾ, ਕੜਿਆ ਪਚਦਾ ਜਾਂ ਕੱਚਾ ਪਚਦਾ। ਬੇਸ਼ੁਮਾਰ ਆ ਯਾਰ ਤੇਰੇ ਤੇ, ਸਾਰਾ ਤੂੰ ਮੇਰਾ ਕੰਮ ਛਡਾ ਦਿੱਤਾ ਜੀ। ਇੱਧਰ ਆ ਕੇ ਮੇਰੀ ਗੱਲ ਸੁਣ ਲਓ, ਤੁਸੀਂ ਚੈੱਕ ਲਓਗੇ ਕੈਸ਼ ਲਓਗੇ? ਕੀ ਕੈਸ਼ ਦੇਵਾਂਗਾ? ਉਹ ਤੂੰ ਮੈਨੂੰ 100 ਡੇਲੀ ਦੇਣਾ, ਤੂੰ ਉਹ 'ਚੋਂ ਵੀ 5-10 ਬਕਾਇਆ ਲੈ ਰਿਹਾ ਕਰਨੇ ਆ? ਹਾਂ ਹਾਂ, ਲੇਖਾ ਮਾਵਾਂ ਧੀਆਂ ਦਾ ਭਾਈ, ਅਸੀਂ ਤੇਰੇ ਪੈਸੇ ਨਹੀਂ ਰੱਖਣੇ। ਹੈਂ? ਨਾ, ਇਹ ਆ ਕਿ ਸਵੇਰੇ ਪਾਈਆ ਦਹੀਂ ਦੇ ਪੈਸੇ ਤੂੰ ਸਵੇਰੇ ਲੈ ਲਿਆ ਕਰਨੇ, ਸ਼ਾਮ ਦੀ ਦੌਲਤ ਸ਼ਾਮ ਨੂੰ ਲੈ ਲਿਆ ਕਰਨੀ ਹੈ। ਉਹ ਯਾਰ ਮੈਂ ਇੰਨੀ ਦੌਲਤ ਘਰ ਕਿੱਦਾਂ ਲਿਜਾਇਆ ਕਰਾਂਗਾ? ਹੈਂ? ਦੁੱਧ ਪੂਰਾ ਆ ਜਾਏਗਾ ਨਾ ਉਹਨਾਂ ਦਾ ਤੁਹਾਡੇ ਕੋਲ? ਹੈਂ? ਨਹੀਂ ਜੀ ਨਹੀਂ, ਇਹ ਦੁੱਧ ਨਹੀਂ ਪੂਰਾ ਹੋਣ ਵਾਲਾ। ਓਏ ਇੱਥੇ ਸਮੁੰਦਰ ਦੇ ਵਿੱਚ ਇੱਕ ਲੋਟਾ ਕੱਢ ਲਓ ਤੇ ਕੀ ਫਰਕ ਪੈਂਦਾ? ਅੱਲਾ ਦੀ ਰਹਿਮਤ ਨਾਲ ਇੱਥੇ 24 ਘੰਟੇ ਦਾ ਕੰਮ ਆ। ਆ ਜਿੰਨਾ ਕੁ ਤੂੰ ਮਟੀਰੀਅਲ ਦੱਸਣ ਡਿਆ ਇੰਨਾ ਕੁ ਤੇ ਅਸੀਂ ਅੱਲਾ ਦੀ ਰਹਿਮਤ ਨਾਲ ਇਹਦਾ ਬਹੁਤਾ ਵੰਡ ਦੇਈਦਾ। ਮਾਈ ਬਾਬਾ ਸਿੰਧੋ ਆਉਣ ਡਿਆ, ਉਹ ਸਿੰਧੋ ਤੇਰੇ ਕੋਲ ਕੀ ਪਲਾ ਨਾ ਆਉਣ ਡਿਆ? ਉਹਨਾਂ ਦੀ ਕੁਸ਼ਤੀ ਆ ਕਿਸੇ ਨਾਲ? ਨਹੀਂ, ਆਪੇ ਹੀ ਤੂੰ ਕਹਿਣ ਡਿਆ ਕਿ ਤੁਹਾਡੇ ਕੋਲ ਮੁੰਡੇ ਜਿਹੜੇ ਇਹਦਾ ਗਲਾਸ ਪੀਂਦੇ ਆ, ਆਪਸ 'ਚ ਲੜਨ ਲੱਗ ਪੈਂਦੇ ਆ, ਤੇ ਮਾਈ ਬਾਬਾ ਤਕੜੇ ਨਾ ਆਉਣਗੇ? ਐ ਅੱਧਾ ਕਿਲੋ ਦਾ ਗਲਾਸ ਆ। ਹਾਂਜੀ, ਅੱਧਾ ਕਿਲੋ ਦਾ, ਤੇ ਇਹ 'ਚੋਂ ਵੀ ਤੂੰ ਉਹਨਾਂ ਨੂੰ ਹਾਫ ਹਾਫ ਦੇਣ ਡਿਆ? ਹਾਂ ਹਾਂ ਹਾਂ, ਸਮਝ ਲੱਗੀ ਆ ਕਿ ਨਹੀਂ? ਉਹਨਾਂ ਨੇ ਆਪਸ 'ਚ ਲੜ ਲੜ ਮਰ ਜਾਣਾ ਕਿ ਏਡਾ ਸਵਾਦ ਦੁੱਧ ਆ, ਉਹਨੇ ਕਹਿਣਾ ਸਾਰਾ ਮੈਂ ਪੀਣਾ, ਮਾਈ ਨੇ ਕਹਿਣਾ ਮੈਂ ਪੀਣਾ। ਤੇ ਹੁਣ 24 ਤਰੀਕ ਯਾਦ ਰੱਖਣੀ, ਕੌਣ ਲਿਖ ਲਓ ਡਾਇਰੀ ਤੇ ਕਿੱਥੇ
ਡੈਰੀ ਤੇ ਤੂੰ ਮੈਨੂੰ ਅੱਜ ਤੋਂ ਹੀ ਭੁੱਲ ਗਿਆ ਕਿਹੜੀ ਗੱਲੋਂ ਆ ਜਿਹੜੀਆਂ ਤੂੰ ਗੱਲਾਂ ਮਾਰਨ ਡਿਆ ਜੀ ਮਾਈ ਬਾਬਾ ਆਂਡਾ ਪਹਿਲੇ ਤੇ ਤੂੰ ਆਉਂਦੇ ਐਡੀ ਤਹੀਦ ਬੰਨੀ ਹੈ ਕਿ ਜਿਵੇਂ ਮੈਨੂੰ ਲੱਗਦਾ ਉਧਰੋਂ ਸਾਰਾ ਤੁਹਾਡਾ ਟੱਬਰ ਆਂਡਿਆ ਸਿੰਧੂਆਂ ਨੂੰ ਆਪਣੀ ਲਾਸ਼ ਵੇਖ ਤੇ ਆਪਣੇ ਕੰਮ ਵੇਖ ਭਰਾਵਾ ਉੱਠ ਬਾਹਰ ਹੋ ਜਾ ਬਾਹਰ ਆ ਜਿਹੜਾ ਦੁੱਧ ਦਾ ਗਲਾਸ ਤੈਨੂੰ ਪਿਆ ਹੈ ਨਾ ਇਹ ਸਮਝ ਅਸੀਂ ਤੈਨੂੰ ਵੈਸੇ ਹੀ ਪਿਆਤਾ ਨਹੀਂ ਨਹੀਂ ਇਹ ਮੈਂ ਤਾਂ ਤੁਹਾਨੂੰ ਪੈਸੇ ਦੇਵਾਂਗਾ ਕੌਣ ਮੈਂ ਉਹ ਤੇਸੀ ਇੰਨੀ ਇਹਦੇ ਪੈਸੇ ਵੀ ਦੇਵੇਗਾ ਹਾਂਜੀ ਹਾਂਜੀ ਉਹ ਨਾ ਇਹ ਸਾਂਭ ਕੇ ਰੱਖ ਪੈਸੇ ਮਾਈ ਬਾਬਾ ਆਉਣ ਡਿਆ ਦਿਲ ਕਰਿਓ ਸਿੰਧੂ ਆਉਂਦਿਆਂ ਦੀ ਰਾਹ ਚ ਲਾਸ਼ ਹੋ ਜੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਿੰਨੇ ਕਰਨਾ ਭੁੱਲ ਨਾ ਜਾਈਓ 24 ਤਰੀਕ ਆ ਤੂੰ ਮੈਨੂੰ ਸਾਰੀ ਜ਼ਿੰਦਗੀ ਯਾਦ ਰਹਿਣਾ ਮੈਂ ਤੇਰੀ ਫੋਟੋ ਖਿਚਾ ਕੇ ਇੱਥੇ ਬਾਹਰ ਲਾਉਣੀ ਆ ਕਿ ਜਦੋਂ ਵੀ ਆਵੇ ਤੇ ਸ਼ਟਰ ਥੱਲੇ ਸਿੱਟ ਦੇਣੇ ਆ ਕਿਉਂਕਿ ਇਦਾਂ ਦੇ ਗਾਹਕ ਸਾਡੇ ਕੋਲ ਨਹੀਂ ਸਾਂਭੇ ਜਾਂਦੇ ਬਾਹਰੋਂ ਆ ਗਿਆ ਪਤਾ ਨਹੀਂ ਕਿੱਥੋਂ ਆਉਂਦੇ ਆ ਇੰਜ ਬੈਠਾ ਚੌਰੀ ਬਣ ਕੇ ਸਲਾਮ ਅਲੈਕਮ ਜੀ ਵਾਲੇਕਮ ਸਲਾਮ ਜੀ ਅਸਲ 'ਚ ਆਪਣੇ ਸਿੰਧੂ ਪਰਾਹੁਣੇ ਆ ਰਹੇ ਆ ਜੀ ਉਹਨਾਂ ਨੂੰ ਉਹਨਾਂ ਤੁਸੀਂ ਫਲਾਨ ਤੇ ਢੀਂਗ ਤੇ ਇਹ ਤੇ ਵੋ ਤੇ ਮਾਮਾ ਮਾਈ ਬਾਬਾ ਆਉਂਦੇ ਆ ਮੈਂ ਹੁਣ ਕੀ ਸਮਝਾਂ ਕਿ ਇਹਦੇ ਨਾਲੋਂ ਬਹੁਤ ਹੀ ਜਿਹੜੀਆਂ ਘਰ 'ਚ ਬਿੱਲੀਆਂ ਬਿੱਲੇ ਰੱਖੇ ਉਹ ਦੁੱਧ ਪੀ ਜਾਂਦੇ ਆ ਮੈਂ ਕੀ ਸਮਝਾਂ ਤੁਹਾਡਾ ਮੇਰਾ ਸੌਦਾ ਨਹੀਂ ਬਣਿਆ ਇਹ ਨਾ ਸਮਝੋ ਤੁਹਾਡਾ ਸੌਦਾ ਕਿਸੇ ਨਾਲ ਵੀ ਨਹੀਂ ਬਣਨਾ ਤੁਸੀਂ ਦੁਨੀਆ ਦੇ ਫਜ਼ੂਲ ਫਿਰ ਰਹੇ ਹੋ ਤੁਹਾਡੀ ਸਾਡੀ ਨਹੀਂ ਨਿਭੀ ਫਿਰ ਉਹ ਯਾਰ ਨਹੀਂ ਨਿਭੀ ਮੈਂ ਹੁਣ ਗਲਾਸ ਤੇਰੇ ਠੋਕ ਦੇਣਾ ਬਾਹਰ ਹੋ ਮਾਈ ਬਾਬਾ ਆਉਂਦਾ ਆ ਉਹਨਾਂ ਨੂੰ ਕਿਤੇ ਗਰਕ ਹੋਣ ਦੇ ਸਿੰਧ ਦੇ ਸਲਾਬ 'ਚ ਉਹਨਾਂ ਨੂੰ ਤੂੰ ਇੱਧਰ ਬੁਲਾ ਲਿਆ ਉਹਨਾਂ ਨੂੰ ਕਿਤੇ ਮਰਨ ਦੇ ਫਰਿਸ਼ਤਾ ਉਹਨਾਂ ਨੂੰ ਲੱਭਣ ਡਿਆ ਤੇ ਤੂੰ ਉਹਨਾਂ ਨੂੰ ਇੱਥੇ ਬੁਲਾਉਣ ਡਿਆ ਕਿਉਂ ਉਹਦੇ ਘੇਰੇ 'ਚ ਤੂੰ ਵੀ ਆਉਣਾ ਇਹਨਾਂ ਦੋਹਾਂ ਨੂੰ ਮਰਨ ਦੇ ਆ ਗਿਆ ਵੱਡਾ ਚੌਰੀ ਜੀ ਪਾਈਆ ਦੁੱਧ ਸ਼ਿਬਾ ਨੂੰ ਤੇ ਪਾਈਆ ਦਹੀਂ ਸ਼ਾਮ ਨੂੰ ਫਜ਼ੂਲ ਜਿਹਾ ਬੰਦਾ ਤੂੰ ਵੀ ਮੂੰਹ ਵੱਲ ਵੇਖੀ ਜਾਂਦਾ ਹੁਣ ਉੱਠ ਕੇ ਬਾਹਰ ਕੱਢ ਤੁਹਾਨੂੰ ਇੱਥੇ ਕੱਲ੍ਹ ਹੀ ਰੱਖਿਆ ਆ ਦੁੱਧ ਪੀ ਪੀ ਕੇ ਮੂੰਹ ਵੱਡੇ ਕੀਤੇ ਆ ਕਿਸੇ ਨੂੰ ਵੱਢੀ ਦਾ ਵੀ ਹੁੰਦਾ ਹੈ